ਅਵਾਰਾ ਪਸ਼ੂਆਂ ਦੀ ਗੱਲ ਕਰੀਏ ਤੇ ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਆਉਂਦੀ ਹੈ ਜਿਸ ਦੇ ਨਾਲ ਦਿਲ ਦਹਿਲ ਜਾਂਦਾ ਹੈ, ਕਿਉਂਕਿ ਅਵਾਰਾ ਪਸ਼ੂ ਕੰਟਰੋਲ ਤੋਂ ਬਾਹਰ ਨੇ, ਸੜਕਾਂ ਵਿੱਚ ਘੁੰਮਦੇ ਨੇ ਔਰ ਖਾਸ ਕਰਕੇ ਜਦੋਂ ਰਾਤ ਨੂੰ ਸਫ਼ਰ ਕਰਦੇ ਹਾਂ ਤਾਂ ਸੜਕਾਂ ਉੱਪਰ ਅਕਸਰ ਦੇਖੇ ਜਾਂਦੇ ਨੇ ਅਵਾਰਾ ਪਸ਼ੂ। ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਰੰਗ ਕਾਲਾ ਹੋਣ ਕਰਕੇ ਨਜ਼ਰ ਨਹੀਂ ਆਉਂਦੇ ਤਾਂ ਵਾਪਰ ਜਾਂਦਾ ਹੈ ਵੱਡਾ ਹਾਦਸਾ। ਅਜਿਹਾ ਹੀ ਹਾਦਸਾ ਵਾਪਰਿਆ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਦੇ ਨਜ਼ਦੀਕ। ਹਨੇਰੇ ਵਿੱਚ ਸੜਕ 'ਤੇ ਆਏ ਅਵਾਰਾ ਪਸ਼ੂ ਨੂੰ ਬਚਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਕੋਸ਼ਿਸ਼ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਇੱਕ ਵਾਪਰਿਆ ਜ਼ਬਰਦਸਤ ਹਾਦਸਾ। ਹਾਦਸੇ ਵਿੱਚ ਦੋਨੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਵਿੱਚੋਂ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਛੁੱਟੀ ਆਇਆ ਸੀ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। 10:30 ਦੇ ਲਗਭਗ ਹੋਇਆ, ਉਹ ਟਰੱਕ ਸੀਗਾ ਅਣਪਛਾਤਾ, ਭਵਾਨੀਪੁਰ ਵਾਲੀ ਸਾਈਡ ਤੋਂ ਗੱਡੀ ਆ ਰਹੀ ਸੀਗੀ ਜੀ। ਉਹਨੇ ਮਤਲਬ ਜਿਹੜਾ ਹੈਗਾ ਸੀਗਾ ਪਤਾ ਲੱਗਾ ਵੀ ਜਿੱਦਾਂ ਇਹ ਗਾਂ ਦੇ ਨਾਲ ਟਕਰਾਈ ਆ, ਗਾਂ ਦੇ ਨਾਲ ਟਕਰਾ ਕੇ ਅਤੇ ਮੁੜ ਕੇ ਬਾਅਦ 'ਚ ਟਰੱਕ ਵੱਜਾ ਇਹਨਾਂ ਵਿੱਚ। ਠੀਕ ਹੈ ਜੀ। ਅਤੇ ਦੋ ਬੰਦੇ ਸੀਗੇ ਪਤਾ ਲੱਗਾ ਮੌਕੇ ਦੇ ਉੱਤੇ ਵਿੱਚ ਜੀ, ਦੋਵਾਂ ਦੀ ਡੈਥ ਹੋ ਗਈ। ਠੀਕ ਹੈ ਜੀ। ਇਹ ਰਾਤ ਹੀ ਹੋ ਗਿਆ ਮਤਲਬ ਡੈਥ ਮੌਕੇ 'ਤੇ? ਮੌਕੇ 'ਤੇ, ਮੌਕੇ 'ਤੇ, ਮੌਕੇ 'ਤੇ। ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਜੀ 10 ਦੇ ਕਰੀਬ ਕਪੂਰਥਲੇ ਤੋਂ ਆਏ ਆ ਜੀ, ਅਤੇ ਰਾਤ ਹੀ ਪਤਾ ਲੱਗ ਗਿਆ ਸਾਨੂੰ ਜਦੋਂ ਐਕਸੀਡੈਂਟ ਹੋਇਆ ਫੋਨ ਜੀ। ਗੱਡੀ 'ਚ ਪਹਿਲਾਂ ਦੱਸਿਆ ਵੀ ਗਾਂ ਟਕਰਾਈ ਆ ਵਾਰਾ ਕੋਈ ਪਾਵੀ ਜੀ, ਉੱਥੋਂ ਫਿਰ ਬੈਲੈਂਸ ਲੂਜ ਹੋ ਗਿਆ ਗੱਡੀ ਗਾਂ ਅੱਗੇ ਪਿਛਲੀ ਕੱਲ੍ਹ ਵੀ ਗੱਡੀ ਕਿੱਦਾਂ ਹੋ ਗਈ ਟਾਈਮ ਸੀਗਾ ਕਿ ਕਪੂਰਥਲਾ ਸਾਈਡ ਨੂੰ ਆ ਰਹੇ ਸੀਗੇ, ਅਵਾਰਾ ਗਾਂ ਇਹਨਾਂ ਦੇ ਮੂਹਰੇ ਆਉਣ ਕਰਕੇ ਮੂਹਰੇ ਇੱਕ ਦਾ ਨਾਂ ਸੀਗਾ ਅਵਤਾਰ ਸਿੰਘ, ਸਨ ਆਫ ਗੁਰਮੇਜ ਸਿੰਘ, 30-32 ਸਾਲ ਏਜ ਸੀਗੀ ਇਹਨਾਂ ਦੀ। ਦੂਜਾ ਹੈਗਾ ਜੀ ਭੁਪਿੰਦਰ ਸਿੰਘ, ਸਨ ਆਫ ਸੁੱਖਾ ਸਿੰਘ ਜੀ, ਇੱਕੋ ਪਿੰਡ ਦੇ ਰਹਿਣ ਵਾਲੇ ਸੀ। ਉਹ ਜ਼ਿਆਦਾ ਅਚਾਨਕ ਇੱਕ ਟਕਰਾਉਣ ਕਰਕੇ ਅਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ, ਅਤੇ ਜਦ ਇਹਨਾਂ ਨੂੰ ਉੱਥੇ ਮੌਕੇ 'ਤੇ ਹੋਸਪਿਟਲ ਗਿਆ ਤਾਂ ਉਦੋਂ ਬਲੌਕ ਟੂ ਡੈਡ ਦੱਸਿਆ ਗਿਆ। ਠੀਕ ਹੈ ਜੀ। ਕੋਈ ਨਸ਼ੇ ਵਗੈਰਾ ਦਾ ਕੋਈ ਇਸ ਤਰ੍ਹਾਂ ਦਾ? ਨਹੀਂ ਨਹੀਂ, ਬਿਲਕੁਲ ਕੋਈ ਨਸ਼ਾ ਨਹੀਂ, ਕਦ ਖਿਡਾਰੀ ਸੀ। ਸੁਲਤਾਨਪੁਰ ਲੋਧੀ ਤੋਂ ਨਿਰਮਲ ਜੋਸ਼ਨ ਦੀ ਰਿਪੋਰਟ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ 'ਤੇ ਵੀ, ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।